ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ PSL ਰੀਡਰ 4A ਦੇ ਵਿੱਚ ਨੈਕਸਟ ਲੈਸਨ ਕਰਾਂਗੇ। ਤੁਸੀਂ ਵੀਡੀਓ ਪਾਜ਼ ਕਰਕੇ ਅਤੇ ਤੁਸੀਂ ਆਪਣੀ ਬੁੱਕ ਅਤੇ ਪੈਨਸਲ ਲੈ ਆਓ, ਐਂਡ ਦੈਨ ਵੀ ਵਿਲ ਗੈਟ ਸਟਾਰਟਡ। ਠੀਕ ਹੈ। ਸੋ ਅੱਜ ਦਾ ਲੈਸਨ ਹੈ ਸਾਡਾ ਲੈਸਨ ਨੰਬਰ 19। ਪਿਛਲੀ ਵਾਰੀ ਅਸੀਂ 18 ਕੀਤਾ ਸੀ, ਹਫ਼ਤੇ ਦੇ ਦਿਨ ਅਸੀਂ ਯਾਦ ਕੀਤੇ ਸੀ, ਹੁਣ ਅਸੀਂ ਮਹੀਨਿਆਂ ਦੇ ਨਾਂ ਸਿੱਖਾਂਗੇ। ਠੀਕ ਹੈ। ਅਤੇ ਇਸ ਪਾਠ ਦੇ ਵਿੱਚ ਆਂਟੀ ਨੇ ਇੱਕ ਗਲਤੀ ਕੀਤੀ ਹੈ। ਇਸ ਪੋਇਮ ਦੇ ਵਿੱਚ ਸਤੰਬਰ ਹੋਣਾ ਚਾਹੀਦਾ ਸੀ ਇੱਥੇ, ਅਤੇ ਨਵੰਬਰ ਲਿਖਿਆ, ਤਾਂ ਤੁਸੀਂ ਵੀ ਕ੍ਰੋਸ ਕਰਕੇ ਠੀਕ ਕਰਕੇ ਲਿਖ ਲਓ ਇਹਨੂੰ। ਠੀਕ ਹੈ। ਸੋ ਇਹ ਈਜ਼ੀ ਲੈਸਨ ਹੋਏਗਾ ਕਿਉਂਕਿ ਤੁਹਾਨੂੰ ਇੰਗਲਿਸ਼ ਦੇ ਵਿੱਚ ਮਹੀਨਿਆਂ ਦੇ ਨਾਂ ਆਉਂਦੇ ਨੇ, ਰਾਈਟ? ਆਉਂਦੇ ਨਾ, ਜਨਵਰੀ, ਫੈਬਰੁਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਪਟੰਬਰ, ਅਕਟੂਬਰ, ਨਵੰਬਰ, ਡਿਸੰਬਰ। ਸੋ ਇਨ ਪੰਜਾਬੀ ਦੇ ਆਰ ਵੈਰੀ ਮੱਚ ਸਿਮਿਲਰ, ਜਸਟ ਅ ਲਿਟਲ ਬਿਟ ਪ੍ਰੋਨੰਸੀਏਸ਼ਨ ਦੀ ਡਿਫਰੈਂਸ ਹੈਗਾ, ਬਟ ਨੇਮਸ ਆਰ ਆਲਮੋਸਟ ਦ ਸੇਮ, ਸੋ ਇਟ ਸ਼ੁੱਡ ਬੀ ਐਨ ਈਜ਼ੀ ਲੈਸਨ। ਠੀਕ ਹੈ। ਐਂਡ ਦਿਸ ਇਜ਼ ਅ ਪੋਇਮ, ਯੂ ਰਿਮੈਂਬਰ ਦ ਪੋਇਮ, 30 ਡੇਜ਼ ਹੈ ਸਪਟੰਬਰ, ਅਪ੍ਰੈਲ, ਜੂਨ ਐਂਡ ਨਵੰਬਰ, all others have 31 except for February alone. Remember that song? So it's the same thing. So let's sing this one. 30 din ne September de, April, June, November de, par February de din 28 is 28, baki sab de 1 te 30 means 1 and 30 31. ਸਾਲ ਲੀਪ ਦਾ ਜਦ ਵੀ ਆਵੇ, ਵੈਨ ਐਵਰ ਦੇ ਇਜ਼ ਅ ਈਅਰ ਆਫ ਲੀਪ, ਲੀਪ ਈਅਰ, ਫਰਵਰੀ ਵਿੱਚ ਇੱਕ ਦਿਨ ਵੱਧ ਜਾਵੇ, ਫੋਰ ਐਗਜ਼ਾਮਪਲ 2020 ਇਜ਼ ਲੀਪ ਈਅਰ ਐਂਡ ਦਿਸ ਈਅਰ ਫੈਬਰਵਰੀ ਹੈਡ 29 ਡੇਜ਼, ਰਿਮੈਂਬਰ? ਓਕੇ, ਸੋ ਲੈਟਸ ਸੇ ਵਨ ਮੋਰ ਟਾਈਮ। 30 ਦਿਨ ਨੇ ਸਤੰਬਰ ਦੇ, ਅਪ੍ਰੈਲ, ਜੂਨ, ਨਵੰਬਰ ਦੇ, ਪਰ ਫਰਵਰੀ ਦੇ ਦਿਨ 28, ਬਾਕੀ ਸਭ ਦੇ 1 ਤੇ 30। ਸਾਲ ਲੀਪ ਦਾ ਜਦ ਵੀ ਆਵੇ, ਫਰਵਰੀ ਵਿੱਚ ਇੱਕ ਦਿਨ ਵੱਧ ਜਾਵੇ, ਮੀਨਸ ਇਨਕਰੀਜ਼ਸ। ਸੋ ਫਸਟ ਯੂ ਲਿਸਨ ਟੂ ਮੀ, ਦ ਲੈਸਨ ਇਜ਼ ਅ ਸ਼ੋਰਟ ਲੈਸਨ, ਦਿਸ ਓਨਲੀ ਅਬਾਊਟ 328 ਵਰਡਸ, ਸੋ ਇਟ ਸ਼ੁੱਡ ਟੇਕ ਅਸ ਨਾਟ ਟੂ ਲੋਂਗ, ਮੇ ਬੀ 6-7 ਮਿਨਟਸ ਟੂ ਰੀਡ। ਆਈ ਵਿਲ ਰੀਡ ਫਾਸਟਰ, ਬਟ ਯੂ ਵਿਲ ਟੇਕ 6-7 ਮਿਨਟਸ ਟੂ ਰੀਡ। ਠੀਕ ਹੈ। ਸੋ ਅਸੀਂ ਪਹਿਲੇ ਮੈਨੂੰ ਸੁਣੋਗੇ, ਫਿਰ ਤੁਸੀਂ ਮੇਰੇ ਨਾਲ ਪਿੱਛੇ ਪੜੋਗੇ। 60 ਸਕਿੰਟ ਦਾ ਇੱਕ ਮਿੰਟ ਬਣਦਾ ਹੈ, 60 ਮਿੰਟ ਦਾ ਇੱਕ ਘੰਟਾ ਬਣਦਾ ਹੈ, 24 ਘੰਟੇ ਦਾ ਇੱਕ ਦਿਨ ਬਣਦਾ ਹੈ, 7 ਦਿਨਾਂ ਦਾ ਇੱਕ ਹਫ਼ਤਾ ਬਣਦਾ ਹੈ, 4 ਹਫ਼ਤੇ ਦਾ ਇੱਕ ਮਹੀਨਾ ਬਣਦਾ ਹੈ, 52 ਹਫ਼ਤਿਆਂ ਦਾ ਇੱਕ ਸਾਲ ਬਣਦਾ ਹੈ, 12 ਮਹੀਨਿਆਂ ਦਾ ਇੱਕ ਸਾਲ ਬਣਦਾ ਹੈ, 12 ਮਹੀਨੇ 4 ਮੌਸਮਾਂ ਵਿੱਚ ਵੰਡੇ ਹੁੰਦੇ ਹਨ। ਸੋ ਮੈਨੀ ਵਰਡਸ ਆਰ ਦ ਸੇਮ ਓਵਰ ਐਂਡ ਓਵਰ ਐਂਡ ਓਵਰ, ਦੈਟਸ ਵਾਈ ਇਟਸ ਲਿਟਲ ਬਿਟ ਈਜ਼ੀ ਟੂ ਰੀਡ। ਠੀਕ ਹੈ। ਸਾਲ ਦਾ ਪਹਿਲਾ ਮਹੀਨਾ ਜਨਵਰੀ ਹੈ, 1 ਜਨਵਰੀ ਨੂੰ ਨਵਾਂ ਸਾਲ ਸ਼ੁਰੂ ਹੁੰਦਾ ਹੈ, ਜਨਵਰੀ ਦੇ 31 ਦਿਨ ਹੁੰਦੇ ਹਨ, ਜਨਵਰੀ ਵਿੱਚ ਸਰਦੀ ਦਾ ਮੌਸਮ ਹੁੰਦਾ ਹੈ, ਹੁੰਦੇ ਹਨ, ਹੁੰਦੀ ਹੈ, ਰਾਈਟ? ਸੇਮ ਵਰਡਸ ਓਵਰ ਐਂਡ ਓਵਰ। ਫਰਵਰੀ ਸਾਲ ਦਾ ਦੂਜਾ ਮਹੀਨਾ ਹੈ, ਫਰਵਰੀ ਵਿੱਚ 28 ਦਿਨ ਹੁੰਦੇ ਹਨ, ਪਰ ਲੀਪ ਦੇ ਸਾਲ ਵਿੱਚ ਫਰਵਰੀ ਦੇ 29 ਦਿਨ ਹੋ ਜਾਂਦੇ ਹਨ, ਫਰਵਰੀ ਵੀ ਸਰਦੀ ਦਾ ਮਹੀਨਾ ਹੈ। ਮਾਰਚ ਸਾਲ ਦਾ ਤੀਜਾ ਮਹੀਨਾ ਹੈ, ਮਾਰਚ ਦੇ 31 ਦਿਨ ਹੁੰਦੇ ਹਨ, 22 ਮਾਰਚ ਨੂੰ ਦਿਨ ਅਤੇ ਰਾਤ ਇੱਕੋ ਜਿੰਨੇ ਲੰਮੇ ਹੁੰਦੇ ਹਨ, ਇਸ ਨੂੰ ਸੋਲਸਟਿਸ ਕਹਿੰਦੇ ਹਨ ਇੰਗਲਿਸ਼ ਵਿੱਚ, ਸੋਲਸਟਿਸ। ਇਸ ਮਹੀਨੇ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਹੋਲਾ ਮਹੱਲਾ ਸਿੱਖਾਂ ਦਾ ਤਿਉਹਾਰ ਹੈ, ਮਾਰਚ ਵਿੱਚ ਬਸੰਤ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਬਸੰਤ ਵਿੱਚ ਨਾ ਬਹੁਤੀ ਸਰਦੀ ਅਤੇ ਨਾ ਹੀ ਬਹੁਤੀ ਗਰਮੀ ਹੁੰਦੀ ਹੈ। ਸੋ ਅੱਜ ਕੱਲ੍ਹ ਬਸੰਤ ਦਾ ਮੌਸਮ ਹੈ, ਅੱਜ 31 ਮਾਰਚ ਦਾ ਦਿਨ ਹੈ। ਅਪ੍ਰੈਲ ਸਾਲ ਦਾ ਚੌਥਾ ਮਹੀਨਾ ਹੈ, ਅਪ੍ਰੈਲ ਦੇ 30 ਦਿਨ ਹੁੰਦੇ ਹਨ, ਇਸ ਮਹੀਨੇ ਵਿੱਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ, ਅਪ੍ਰੈਲ ਵਿੱਚ ਵੀ ਬਸੰਤ ਦਾ ਮੌਸਮ ਹੁੰਦਾ ਹੈ, ਇਸ ਮੌਸਮ ਵਿੱਚ ਬੂਟੇ ਅਤੇ ਦਰਖਤ ਨਵੇਂ ਪੱਤਿਆਂ ਅਤੇ ਫੁੱਲਾਂ ਨਾਲ ਭਰ ਜਾਂਦੇ ਹਨ। ਯੂਅਰ ਅੰਡਰਸਟੈਂਡਿੰਗ, ਰਾਈਟ? ਸਮਝ ਆ ਰਹੀ ਹੈ ਨਾ ਤੁਹਾਨੂੰ? ਮਈ ਸਾਲ ਦਾ ਪੰਜਵਾਂ ਮਹੀਨਾ ਹੈ, ਮਈ ਵਿੱਚ 31 ਦਿਨ ਹੁੰਦੇ ਹਨ, ਮਈ ਵਿੱਚ ਵੀ ਬਸੰਤ ਦਾ ਮੌਸਮ ਹੁੰਦਾ ਹੈ। ਜੂਨ ਸਾਲ ਦਾ 6ਵਾਂ ਮਹੀਨਾ ਹੈ, ਜੂਨ ਵਿੱਚ 30 ਦਿਨ ਹੁੰਦੇ ਹਨ, ਜੂਨ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਆਉਂਦਾ ਹੈ, ਜੂਨ ਵਿੱਚ ਸਕੂਲਾਂ ਵਿੱਚ ਛੁੱਟੀਆਂ ਹੋ ਜਾਂਦੀਆਂ ਹਨ, 22 ਜੂਨ ਨੂੰ ਸਾਲ ਦਾ ਸਭ ਤੋਂ ਲੰਮਾ ਦਿਨ ਅਤੇ ਸਭ ਤੋਂ ਛੋਟੀ ਰਾਤ ਹੁੰਦੀ ਹੈ, ਜੂਨ ਵਿੱਚ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਐਂਡ 328 ਵਰਡਸ ਆਲ ਟੂਗੈਦਰ, ਅਤੇ ਅਸੀਂ ਆਲਮੋਸਟ ਲੈਸ ਦੈਨ 3 ਮਿੰਟਸ ਲਏ ਨੇ ਪੜ੍ਹਨ ਵਾਸਤੇ। ਠੀਕ ਹੈ। ਹੁਣ ਤੁਸੀਂ
ਇਸ ਪਾਠ ਨੂੰ ਤੁਸੀਂ ਆਪਣੇ ਆਪ ਪੜ੍ਹਨਾ ਹੈ, ਠੀਕ ਹੈ? ਹੌਲੀ ਪੜ੍ਹੋ ਅਤੇ ਫਿਰ ਤੇਜ਼ ਪੜ੍ਹੋ। ਕਿੰਨੀ ਵਾਰੀ ਪੜ੍ਹੋ? ਇੰਨੀ ਵਾਰੀ ਪੜ੍ਹੋ ਕਿ ਤੁਸੀਂ ਇਸ ਪਾਠ ਨੂੰ 7 ਮਿੰਟ ਤੋਂ ਘੱਟ ਘੱਟ ਟਾਈਮ ਦੇ ਵਿੱਚ ਪੜ੍ਹ ਸਕੋ, ਠੀਕ ਹੈ? 7 ਮਿੰਟ ਦੇ ਵਿੱਚ ਵਿੱਚ ਫਿਰ ਤੁਸੀਂ ਇਸ ਪਾਠ ਦੇ ਵਿੱਚ ਕੁਐਸਚਨਸ ਆਨਸਰ ਕਰੋਗੇ। ਅਭਿਆਸ, ਅਭਿਆਸ ਮੀਨਸ ਪ੍ਰੈਕਟਿਸ, ਠੀਕ ਹੈ? ਸੋ ਇਹਦੇ ਵਿੱਚ ਕੀ ਕਰਾਂਗੇ ਅਸੀਂ, when you write answers you can use words from questions, read the question and answer sample below, there's a line under the words that are used in both questions and answers, notice that there's a question mark at the end of a question and there's a dundee at the end of a sentence, dundee is like a stick, right? Navan saal kadon shuru hunda hai, when does the new year begin? Nava saal, we copy the same word, 1 January nu shuru hunda hai, we copy the same word. So isn't that easy to write answers from questions? You can write in complete answers and it's so much easier when you borrow the words from the question. So that's a strategy, that's a skill you have to learn to write more Punjabi. So theek hai, so tusi eh question padhoge te fir inna de answer karoge. ਕਿਹੜੇ ਮਹੀਨਿਆਂ ਦੇ 30 ਦਿਨ ਹੁੰਦੇ ਹਨ? ਸੋ ਤੁਸੀਂ ਇੱਥੇ ਪੜ੍ਹਿਆ 30 ਦਿਨ ਨੇ ਸਤੰਬਰ ਦੇ, ਅਪ੍ਰੈਲ, ਜੂਨ, ਨਵੰਬਰ, ਸੋ 4 ਮੰਥਸ, ਰਾਈਟ? ਇਹ ਤੁਸੀਂ ਨਾਂ ਇੱਥੇ ਲਿਖੋਗੇ। 1 ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਹਨ? ਯੂ ਨੋ ਹਾਊ ਮੈਨੀ ਮੰਥਸ ਆਰ ਦੇਅਰ, ਰਾਈਟ? 12, 12 ਮਹੀਨੇ, 1 ਸਾਲ ਵਿੱਚ 12 ਮਹੀਨੇ ਹੁੰਦੇ ਹਨ। ਹੋਲਾ ਮਹੱਲਾ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਹੋਲਾ ਮਹੱਲਾ ਮਾਰਚ ਵਿੱਚ ਮਨਾਇਆ ਜਾਂਦਾ ਹੈ। 22 ਮਾਰਚ ਨੂੰ ਕੀ ਖਾਸ ਗੱਲ ਹੁੰਦੀ ਹੈ? ਵਟ ਸਪੈਸ਼ਲ ਹੈਪਨਸ ਔਨ 22nd ਮਾਰਚ? ਸੋ ਮਾਰਚ ਦੇ ਵਿੱਚ ਜਾ ਕੇ 22 ਮਾਰਚ ਨੂੰ ਦਿਨ ਅਤੇ ਰਾਤ ਇੱਕੋ ਜਿੰਨੇ ਲੰਮੇ ਹੁੰਦੇ ਹਨ? ਸੋ ਤੁਸੀਂ ਇਹ ਵਾਲਾ ਸੈਂਟੈਂਸ ਕਾਪੀ ਕਰੋਗੇ ਤੇ, ਠੀਕ ਹੈ? ਈਜ਼ੀ। ਸੋ ਇਸ ਤਰ੍ਹਾਂ ਤੁਸੀਂ ਇਹ ਸਟ੍ਰੈਟਜੀਜ਼ ਯੂਜ਼ ਕਰਕੇ ਯੂ ਬਿਕਮ ਏ ਗੁੱਡ ਰੀਡਰ ਐਂਡ ਗੁੱਡ ਰਾਈਟਰ, ਠੀਕ ਹੈ? ਵਿਸਾਖੀ ਕਿਸ ਮਹੀਨੇ ਵਿੱਚ ਮਨਾਈ ਜਾਂਦੀ ਹੈ? ਉੱਥੇ ਤੁਸੀਂ ਅਗੇਨ ਗੋ ਟੂ ਦ ਮੰਥਸ ਐਂਡ ਦੈਨ ਯੂ ਵਿਲ ਰੀਡ ਦ ਆਨਸਰ। ਕਿਹੜੇ ਮਹੀਨਿਆਂ ਦੇ 31 ਦਿਨ ਹੁੰਦੇ ਹਨ? ਨਾ ਯੂ ਨੋ ਇਨ ਇੰਗਲਿਸ਼, ਰਾਈਟ? ਯੂ ਡੋਂਟ ਨੋ ਇਨ ਪੰਜਾਬੀ, ਸੋ ਯੂ ਕੈਨ ਰਾਈਟ ਦ ਇੰਗਲਿਸ਼ ਮੰਥਸ, ਠੀਕ ਹੈ? ਇਟ ਸੇਜ਼ 30 ਦਿਨ ਨੇ ਸਤੰਬਰ ਦੇ, ਅਪ੍ਰੈਲ, ਜੂਨ, ਨਵੰਬਰ ਦੇ, ਪਰ ਫਰਵਰੀ ਦੇ 28। ਸੋ ਦੀਸ 5 ਮੰਥਸ ਡੂ ਨਾਟ ਹੈਵ 31 ਡੇਜ਼, 7 ਮੰਥਸ ਹੈਵ 31 ਡੇਜ਼। ਸੋ ਇਫ ਯੂ ਨੋ ਹਾਊ ਟੂ ਰਾਈਟ ਦ ਨੇਮਸ ਇਨ ਇੰਗਲਿਸ਼, ਗੋ ਹੈਡ ਐਂਡ ਰਾਈਟ ਇਨ ਇੰਗਲਿਸ਼। Now this is an activity to complete these sentences, write the correct letter next to the words, numbers here, or you can just connect them with lines and then you will copy the sentences here. 7 dinan da Vaisakhi da tyohar aunda hai? No. Din ate raat ikko jinne lamme hunde han? No. Na bahuti sardi te na bahuti garmi hundi hai? No. Ik hafta hunda hai? Yes. 7 dinan da ik hafta hunda hai. 52 hafte ਵਿਸਾਖੀ ਦਾ ਤਿਉਹਾਰ ਆਉਂਦਾ ਹੈ? ਨੋ। ਦਿਨ ਤੇ ਰਾਤ ਇੱਕੋ ਜਿਹੇ ਲੰਮੇ ਹੁੰਦੇ ਹਨ? ਨੋ। ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ ਹੁੰਦੀ ਹੈ? ਨੋ। 12 ਮਹੀਨਿਆਂ ਵਿੱਚ ਵੰਡੇ ਹੁੰਦੇ ਹਨ? ਯੈਸ, 52 ਹਫ਼ਤੇ 12 ਮਹੀਨਿਆਂ 'ਚ ਵੰਡੇ ਹੁੰਦੇ ਹਨ। 22 ਮਾਰਚ ਨੂੰ ਵਿਸਾਖੀ ਦਾ ਤਿਉਹਾਰ ਆਉਂਦਾ ਹੈ? ਨੋ। ਦਿਨ ਅਤੇ ਰਾਤ ਇੱਕੋ ਜਿੰਨੇ ਲੰਮੇ ਹੁੰਦੇ ਹਨ? ਯੈਸ। ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਬਸੰਤ ਦੇ ਮੌਸਮ ਵਿੱਚ ਨਾ ਹੀ ਬਹੁਤੀ ਸਰਦੀ ਅਤੇ ਨਾ ਹੀ ਬਹੁਤੀ ਗਰਮੀ ਹੁੰਦੀ ਹੈ। ਸੋ ਵਟ ਆਰ ਵੀ ਡੂਇੰਗ ਇਜ਼, ਅਸੀਂ ਪਾਰਟਸ ਆਫ ਸੈਂਟੈਂਸਿਸ ਪੜ੍ਹ ਕੇ ਦੁਬਾਰਾ ਦੁਬਾਰਾ ਪੜ੍ਹ ਰਹੇ ਹਾਂ ਅਤੇ ਸਾਡੀ ਰੀਡਿੰਗ ਪ੍ਰੈਕਟਿਸ ਵੀ ਹੋ ਰਹੀ ਹੈ ਅਤੇ ਅਸੀਂ ਕੁਐਸਚਨ ਵੀ ਆਨਸਰ ਕਰ ਰਹੇ ਹਾਂ, ਠੀਕ ਹੈ? ਸੋ ਹੁਣ ਤੁਸੀਂ ਇੱਥੇ ਲਿਖੋਗੇ, ਤੁਹਾਡੀ ਲਿਖਣ ਦੀ ਪ੍ਰੈਕਟਿਸ ਵੀ ਹੋ ਜਾਏਗੀ। ਦੈਨ ਯੂ ਹੈਵ ਟੂ ਮੇਕ ਯੂਰ ਹੈਂਡ ਰਾਈਟਿੰਗ ਬੈਟਰ, ਸੋ ਯੂ ਆਰ ਗੋਇੰਗ ਟੂ ਟਰੇਸ ਦੀਜ਼ ਨੇਮਸ ਆਫ ਮੰਥਸ, 6 ਮੰਥਸ ਦੈਟ ਵੀ ਲਰਨਡ, ਇਹਨਾਂ ਦੇ ਨਾਂ ਟਰੇਸ ਕਰੋਗੇ ਤਾਂ ਤੁਹਾਡੀ ਹੈਂਡ ਰਾਈਟਿੰਗ ਵੀ ਬੈਟਰ ਹੋ ਜਾਏਗੀ। ਸੋ ਤੁਸੀਂ ਇਹ ਪਾਠ ਨੂੰ ਇੱਕ ਵਾਰੀ ਦੁਬਾਰਾ ਪੜ੍ਹਨਾ ਹੈ, ਫਿਰ ਤੁਸੀਂ ਸਾਰੇ ਕੁਐਸਚਨ ਦੇ ਆਨਸਰ ਲਿਖਣੇ ਨੇ, ਇਹਨਾਂ ਦੀ ਫੋਟੋ ਤੁਸੀਂ ਲੈ ਕੇ ਟੀਚਰ ਨੂੰ ਭੇਜ ਸਕਦੇ ਹੋ, ਇਹ ਤੁਸੀਂ ਲੈਸਨ ਨੂੰ ਰੀਡ ਕਰਕੇ ਰਿਕਾਰਡ ਕਰਕੇ ਤੁਸੀਂ ਵੀਡੀਓ ਜਾਂ ਆਡੀਓ ਆਪਣੇ ਟੀਚਰ ਨੂੰ ਭੇਜ ਸਕਦੇ ਹੋ। ਥੈਂਕ ਯੂ ਸੋ ਮੱਚ ਫੋਰ ਵਰਕਿੰਗ ਵਿਦ ਮੀ ਐਂਡ ਆਈ ਹੋਪ ਯੂ ਲਰਨ ਸਮਥਿੰਗ ਨਿਊ ਟੂਡੇ। ਆਈ ਹੋਪ ਯੂ ਲਰਨ ਟੂ ਰੀਡ ਪੰਜਾਬੀ ਅ ਲਿਟਲ ਬਿਟ ਬੈਟਰ ਐਂਡ ਯੂ ਰਾਈਟ ਪੰਜਾਬੀ ਲਿਟਲ ਬੈਟਰ। ਡੋਂਟ ਫਰਗੈਟ ਟੂ ਵਰਕ 7 ਮਿੰਟਸ ਅ ਡੇ ਔਨ ਪੰਜਾਬੀ। ਯੂ ਕੈਨ ਰਾਈਟ ਅ ਫਿਊ ਸੈਂਟੈਂਸਿਸ, ਯੂ ਕੈਨ ਰੀਡ ਅ ਫਿਊ ਸੈਂਟੈਂਸਿਸ and speak also, and don't you forget to do your part, memorize 2 lines of Japji Sahib every single day and you'll be so proud of yourself. Thank you so much. Vaheguru Ji Ka Khalsa, Vaheguru Ji Ki Fateh.